ਅੱਜ ਆਪਾਂ ਬਾਬਾ ਅਮਰੀਕ ਸਿੰਘ ਜੀ ਦੇ ਡੇਰਾ ਕਾਰ ਸੇਵਾ ਕੁਰੂਕਸ਼ੇਤਰ ਵਿੱਚ ਪੰਥਕ ਅਕਾਲੀ ਦਲ ਜੋ ਹਰਿਆਣੇ ਦੇ ਪੰਥ ਨੂੰ ਇਕੱਠਿਆਂ ਕਰਨ ਵਾਸਤੇ ਏਕਤਾ ਵਾਸਤੇ ਪਾਰਟੀ ਬਣਾਈ ਗਈ ਹੈ ਉਸ 'ਤੇ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਦੇ ਏਜੰਡੇ ਸਨ, ਇੱਕ ਤਾਂ ਜਿਹੜੀ ਸਰਕਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਕਿ ਉਹ ਠੀਕ ਕੰਮ ਕਰ ਰਹੀ ਹੈ ਕਿ ਕੁਝ ਉਹ ਅਸਫਲ ਰਹੇ ਨੇ ਗੁਰੂ ਘਰ ਦੀਆਂ ਧਾਮਾਂ ਦੀਆਂ ਸੇਵਾ ਕਰਨ ਵਿੱਚ। ਦੂਜੀ ਮੀਟਿੰਗ ਸੀ ਕਿ ਪਾਰਲੀਮੈਂਟ ਦਾ ਇਲੈਕਸ਼ਨ ਜੋ ਹੈ ਉਹਦੇ ਵਿੱਚ ਪੰਥਕ ਅਕਾਲੀ ਦਲ ਵੱਲੋਂ ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾਏ, ਕਿਸ ਪਾਰਟੀ ਦੀ ਇਮਦਾਦ ਕੀਤੀ ਜਾਏ, ਇਲੈਕਸ਼ਨ ਲੜਿਆ ਜਾਏ ਜਾਂ ਨਾ ਲੜਿਆ ਜਾਏ। ਤੀਜੀ ਗੱਲ ਇਹ ਸਾਹਮਣੇ ਆਈ ਸੀ ਕਿ ਆਪਾਂ ਧਾਰਮਿਕ ਮੁੱਦਿਆਂ ਦਾ ਵੀ ਅੱਜ ਫੈਸਲਾ ਕਰਨਾ ਜਾਂ ਰਾਜਨੀਤਿਕ ਮੁੱਦਿਆਂ ਦਾ ਫੈਸਲਾ ਕਰਨਾ, ਇਹਨਾਂ ਤਿੰਨਾਂ ਏਜੰਡਿਆਂ ਨੂੰ ਲੈ ਕੇ ਅੱਜ ਮੀਟਿੰਗ ਬੁਲਾਈ ਗਈ ਸੀ ਆਪਣੀ ਵਰਕਿੰਗ ਕਮੇਟੀ ਦੀ। ਉਹਦੇ ਵਾਸਤੇ 7 ਮੈਂਬਰੀ ਕੋਰ ਕਮੇਟੀ ਬਣਾਈ ਗਈ ਹੈ ਜਿਹੜੀ ਰਾਜਨੀਤਿਕ ਜਿਹੜੇ ਹੁਣ ਇਲੈਕਸ਼ਨ ਪਾਰਲੀਮੈਂਟ ਦੇ ਹੋਣਗੇ ਉਹ 7 ਮੈਂਬਰੀ ਕੋਰ ਕਮੇਟੀ ਜਿਹੜੀ ਉਹ ਫੈਸਲਾ ਕਰੇਗੀ ਸੰਗਤਾਂ ਨਾਲ ਰਾਏ ਕਰਕੇ ਵੀ ਆਪਾਂ ਕਿਸ ਪਾਰਟੀ ਦੀ ਇਮਦਾਦ ਕਰਨੀ ਹੈ। ਅੱਜ ਸਰਵਸੰਮਤੀ ਨਾਲ 7 ਮੈਂਬਰੀ ਕਮੇਟੀ ਅਤੇ ਹੋਰ ਆਪਣੀ ਐਗਜੈਕਟਿਵ ਬੋਡੀ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ, ਕਿਉਂਕਿ ਬਹੁਤ ਨਜ਼ਦੀਕ ਹੈ, ਉਹਦੇ ਵਿੱਚ ਭਾਗ ਨਾ ਲਿਆ ਜਾਏ ਪੰਥਕ ਅਕਾਲੀ ਦਲ ਵੱਲੋਂ। ਅਤੇ ਕਿਸ ਪਾਰਟੀ ਦੀ ਇਮਦਾਦ ਕੀਤੀ ਜਾਏ ਉਹਦੇ ਬਾਰੇ ਵਿਚਾਰ ਆਇਆ ਹੈ ਕਿ ਕਰਨਾਲ ਦੀ ਸੀਟ ਨੂੰ ਛੱਡ ਕੇ, ਕਿਉਂਕਿ ਕਰਨਾਲ ਸਾਡੇ ਇੱਕ ਸਿਮਰਨਜੀਤ ਮਾਨ ਵੱਲੋਂ ਖਲੋਤੇ ਨੇ ਸਿੱਖ ਕੈਂਡੀਡੇਟ, ਇੱਕ ਮਾਇਆਵਤੀ ਵੱਲੋਂ ਸਿੱਖ ਕੈਂਡੀਡੇਟ ਖਲੋਤੇ ਨੇ, ਉਸ ਨੂੰ ਛੱਡ ਕੇ ਕਰਨਾਲ ਦੀ ਲੋਕ ਸਭਾ ਦੀ ਸੀਟ ਨੂੰ ਛੱਡ ਕੇ 9 ਸੀਟਾਂ ਦੇ ਉੱਤੇ ਇੰਡੀਅਨ ਗੱਠਬੰਧਨ ਦਾ ਪੰਥਕ ਅਕਾਲੀ ਦਲ ਅੱਜ ਘੋਸ਼ਣਾ ਕਰਦਾ ਹੈ ਕਿ ਉਹ ਪੰਥਕ ਅਕਾਲੀ ਦਲ ਜਿਹੜਾ ਹੈ ਉਹ ਇੰਡੀਅਨ ਗੱਠਬੰਧਨ ਦਾ 9 ਸੀਟਾਂ 'ਤੇ ਖੁੱਲ੍ਹੇਆਮ ਅਮਦਾਰ ਕਰੇਗਾ। ਅਤੇ ਸਾਰੇ ਹਰਿਆਣੇ ਦੇ ਸਿੱਖਾਂ ਨੂੰ ਨਹੀਂ, ਹਰ ਬਰਾਦਰੀ ਨੂੰ ਅਪੀਲ ਕਰਨੇ ਹਾਂ, 36 ਬਰਾਦਰੀ ਨੂੰ ਸਾਡੇ ਵੱਲੋਂ ਅਪੀਲ ਹੈ, ਕਿਉਂਕਿ ਇਹ ਰਾਜਨੀਤਿਕ ਇਲੈਕਸ਼ਨ ਹੈ, ਸਾਰੇ ਸਾਡੇ ਵਿੰਗ ਬਣੇ ਨੇ, ਸਾਡਾ ਯੂਆ ਦਾ ਵੀ ਵਿੰਗ ਹੈ, ਔਰਤਾਂ ਦਾ ਵੀ ਵਿੰਗ ਹੈ, ਨੌਜਵਾਨਾਂ ਦਾ ਵੀ ਵਿੰਗ ਹੈ, BC ਅਤੇ SC ਦੇ ਵਿੰਗ ਨੇ ਸਾਰੇ, ਅਤੇ ਸਾਰੀ 36 ਬਰਾਦਰੀ ਨੂੰ ਬੇਨਤੀ ਕਰਨੇ ਹਾਂ ਕਿ ਅਸਾਂ ਸਰਵਸੰਮਤੀ ਦੇ ਨਾਲ ਫੈਸਲਾ ਲਿਆ ਹੈ ਕਿ BJP ਨੂੰ ਹਰਾਉਣ ਵਾਸਤੇ, ਕਿਉਂਕਿ BJP ਨੇ ਜ਼ਿਆਦਾਤਰ ਸਿੱਖ ਕਮਿਊਨਿਟੀ ਜਿਹੜੀ ਹੈ ਜਾਂ ਹੋਰ 80% ਲੋਕ ਕਿਸਾਨੀ ਖਿੱਤੇ ਨਾਲ ਜੁੜੇ ਨੇ ਅਤੇ ਕਿਸਾਨੀ ਨੂੰ ਇਹਨਾਂ ਮਾਰਨ ਵਾਸਤੇ ਕੰਮ ਕੀਤਾ ਹੈ। ਜਿੱਥੇ ਬਿਜ਼ਨਸ ਦੀ ਗੱਲ ਕੀਤੇ ਉੱਥੇ ਆੜ੍ਹਤੀ ਭਰਾਵਾਂ ਨੂੰ ਇਹਨਾਂ ਅਰਥ ਖਤਮ ਕਰਨ ਦੀ ਗੱਲ ਕਰ ਰਹੇ ਨੇ, ਆੜ੍ਹਤੀ ਮੰਡੀਆਂ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਨੇ, ਕਿਉਂਕਿ ਸਾਡੇ ਕਹਾਵਤ ਹੈ ਸ਼ਾਹ ਬਿਨਾਂ ਪੱਤ ਨਹੀਂ ਅਤੇ ਗੁਰੂ ਬਿਨਾਂ ਗੱਤ ਨਹੀਂ। ਮੰਡੀਆਂ ਦੇ ਵਿੱਚ ਜਿਹੜੇ ਆੜ੍ਹਤੀ ਨੇ, ਆੜ੍ਹਤੀ ਭਰਾ ਜਿਹੜੇ ਨੇ, ਉਹ ਕਿਸਾਨਾਂ ਵਾਸਤੇ ਇੱਕ ਇਹ ਅਨਕੰਡੀਸ਼ਨਲ ATM ਹੁੰਦੇ ਨੇ। ਅਨਕੰਡੀਸ਼ਨਲ ਮੈਂ ਤਾਂ ਕਹਿ ਰਿਹਾ ਵੀ ਜੇ ਅੱਧੀ ਰਾਤ ਕਿਸਾਨ ਨੂੰ ਲੋੜ ਪੈਂਦੀ ਹੈ ਅਤੇ ਆੜ੍ਹਤੀ ਜਿਹੜਾ ਹੈ ਅੱਧੀ ਰਾਤੀ ਵੀ ਉਹਦੇ ਵਾਸਤੇ ਦਰਵਾਜ਼ਾ ਖੁੱਲ੍ਹਾ ਹੈ, ਬੈਂਕ ਦਾ ATM ਤਾਂ ਬੰਦ ਹੋ ਸਕਦੇ ਨੇ ਕਿਸੇ ਟਾਈਮ, ਛੁੱਟੀ ਤਾਂ ਹੋ ਸਕਦੇ ਨੇ,
ਪਰ ਜਿਹੜਾ ਆੜ੍ਹਤੀ ਹੈ ਉਹ 24 ਘੰਟੇ ਆਪਣੇ ਕਿਸਾਨ ਵਾਸਤੇ ਆਪਣੇ ਦਰਵਾਜ਼ੇ ਖੋਲ੍ਹ ਕੇ ਰੱਖਦਾ ਹੈ। ਇਸ ਕਰਕੇ ਉਹ ਅਨਕੰਡੀਸ਼ਨਲ ATM ਨੇ ਅਤੇ ਉਹ ਉਹਨਾਂ ਨਾਲ ਅੱਜ ਮੰਡੀਆਂ ਜਿਹੜੀਆਂ ਖਤਮ ਹੋ ਰਹੀਆਂ ਨੇ, ਸਰਕਾਰ ਨੂੰ ਤਾੜਨਾ ਵੀ ਕਰਨੇ ਆ ਅਸੀਂ ਆਪਣੇ ਵੱਲੋਂ ਕਿ ਮੰਡੀਆਂ ਨਾ ਖਤਮ ਕੀਤੀਆਂ ਜਾਣ। ਜੇ ਮੰਡੀਆਂ ਖਤਮ ਹੋ ਗਈਆਂ ਤਾਂ ਕਿਸਾਨ ਵੀ ਨਾਲ ਖਤਮ ਹੋ ਜਾਣਗੇ, ਅਤੇ ਜੇ ਆੜ੍ਹਤੀ ਭਰਾ ਖਤਮ ਹੋ ਜਾਣਗੇ ਤਾਂ ਇਹ ਸਰਕਾਰ ਦਾ ਵੀ ਪਤਨ ਸ਼ੁਰੂ ਹੋ ਜਾਏਗਾ। ਇਸ ਕਰਕੇ ਇਹ ਵੀ ਅੱਜ ਅਸਾਂ ਫੈਸਲਾ ਲਿਆ ਹੈ ਕਿ ਆ ਸਾਡੀਆਂ ਮੰਡੀਆਂ ਨੂੰ ਨਾ ਸਰਕਾਰ ਖਤਮ ਕਰੇ।